खाण पीण दीआं चीज़ां दी गल करिए तां उस दे विच जदों तक नमक यानी लूण ना होवे उदों तक स्वाद ही नहीं आंदा। पर की तुहानूं पता है लूण खाण दे नाल भी लखां लोकां दी मौत हो चुकी है। WHO दे वल्लों इस नूं लै के एक रिपोर्ट तैयार की गई जो कि जनतक करन तों बाद लोग भी उस रिपोर्ट नूं देख के हैरान हो गए कि आखिर अजिहा किवें हो सकता है। ਤਾਂ ਅਸੀਂ ਇਸ ਰਿਪੋਰਟ ਦੇ ਵਿੱਚ ਇਹੀ ਜਾਣਾਂਗੇ ਕਿ ਆਖਰ ਲੂਣ ਜੋ ਕਿ ਸਵਾਦ ਜ਼ਰੂਰ ਵਧਾਉਂਦਾ ਹੈ ਲੇਕਿਨ ਲੂਣ ਦੇ ਨਾਲ ਆਖਰ ਲੋਕਾਂ ਦੀ ਮੌਤ ਕਿਵੇਂ ਹੋ ਰਹੀ ਹੈ। ਹੁਣ ਤੱਕ 18 ਲੱਖ ਤੋਂ ਵੀ ਜ਼ਿਆਦਾ ਲੋਕਾਂ ਦੀ ਲੂਣ ਦੇ ਕਾਰਨ ਮੌਤ ਹੋ ਚੁੱਕੀ ਹੈ। ਸਨਸਨੀਖੇਜ਼ ਜੋ ਖੁਲਾਸਾ ਉਹ ਕੀਤਾ ਗਿਆ WHO ਦੇ ਵੱਲੋਂ ਤੇ ਆਓ ਜਾਣਦੇ ਹਾਂ ਇਸ ਰਿਪੋਰਟ ਦੇ ਵਿੱਚ ਕਿ ਆਖਰ ਕਾਰਨ ਕੀ ਰਿਹਾ ਤੇ ਕਿਸ ਤਰੀਕੇ ਦੇ ਨਾਲ ਤੁਸੀਂ ਆਪਣੇ ਆਪ ਨੂੰ ਲੂਣ ਦੀ ਵਰਤੋਂ ਕਰਕੇ ਵੀ ਸਿਹਤਮੰਦ ਰੱਖ ਸਕਦੇ ਹੋ। ਤੁਸੀਂ ਵੀ ਲੈਂਦੇ ਹੋ ਲੂਣ ਦਾ ਲੁਤਫ ਤਾਂ ਹੁਣ ਸਾਵਧਾਨ ਹੋ ਜਾਓ ਕਿਉਂਕਿ ਲੱਖਾਂ ਹੀ ਲੋਕਾਂ ਦੀ ਲੂਣ ਨੇ ਜਾਨ ਲੈ ਲਈ। ਜੇ ਖਾਣੇ ਦੇ ਵਿੱਚ ਲੂਣ ਨਾ ਹੋਵੇ ਤਾਂ ਭੋਜਨ ਦਾ ਸਵਾਦ ਨਾ ਦੇ ਬਰਾਬਰ ਹੁੰਦਾ ਹੈ। ਅੱਜ ਅਸੀਂ ਲੂਣ ਤੋਂ ਬਿਨਾਂ ਆਪਣੀ ਜ਼ਿੰਦਗੀ ਦੀ ਕਲਪਨਾ ਵੀ ਨਹੀਂ ਕਰ ਸਕਦੇ। ਤੁਸੀਂ ਇਸ ਗੱਲ ਤੋਂ ਅੰਦਾਜ਼ਾ ਲਗਾ ਸਕਦੇ ਹੋ ਕਿ ਲੂਣ ਸਾਡੀ ਜ਼ਿੰਦਗੀ ਦੇ ਲਈ ਕਿੰਨਾ ਜ਼ਰੂਰੀ ਹੈ। ਕਿ ਇਸ ਦੇ ਲਈ ਅਸੀਂ ਭਾਰਤ ਦੇ ਵਿੱਚ ਗੱਲ ਕਰੀਏ ਤਾਂ ਦੇਸ਼ ਵਿਆਪੀ ਅੰਦੋਲਨ ਵੀ ਹੋ ਚੁੱਕੇ ਨੇ ਜਿਸ ਨੂੰ ਡਾਂਡੀ ਮਾਰਚ ਜਾਂ ਫਿਰ ਲੂਣ ਸੱਤਿਆਗ੍ਰਹਿ ਵਜੋਂ ਵੀ ਜਾਣਿਆ ਜਾਂਦਾ ਹੈ। ਤਾਂ ਇਹ ਤਾਂ ਸਾਨੂੰ ਸਾਰਿਆਂ ਨੂੰ ਪਤਾ ਹੈ ਕਿ ਲੂਣ ਦੇ ਬਿਨਾਂ ਖਾਣ ਪੀਣ ਦਾ ਕੋਈ ਵੀ ਪਦਾਰਥ ਹੋਵੇ ਅਧੂਰਾ ਹੀ ਹੈ, ਪਰ ਇਹੀ ਲੂਣ ਜਾਨ ਵੀ ਲੈ ਲੈਂਦੀ ਹੈ। ਤਾਂ ਅੱਜ ਇਸ ਵੀਡੀਓ ਦੇ ਵਿੱਚ ਅਸੀਂ ਇਹ ਜਾਣਾਂਗੇ ਕਿ ਨਮਕ ਯਾਨੀ ਲੂਣ ਸਾਡੇ ਸਰੀਰ ਦੇ ਲਈ ਕਿੰਨਾ ਜ਼ਰੂਰੀ ਹੈ ਅਤੇ ਇਸ ਦੇ ਕਾਰਨ ਹਰ ਸਾਲ ਕਿੰਨੇ ਲੱਖਾਂ ਲੋਕਾਂ ਦੀ ਮੌਤ ਵੀ ਹੋ ਰਹੀ ਹੈ। ਤੁਹਾਨੂੰ ਦੱਸ ਦਈਏ ਕਿ BBC ਵਰਲਡ ਸਰਵਿਸ ਨੇ ਇਸ ਉੱਤੇ ਇੱਕ ਪ੍ਰੋਗਰਾਮ ਦਾ ਫੂਡ ਚੇਨ ਕੀਤਾ। ਇਹ ਦੱਸਦਾ ਹੈ ਕਿ ਜੋ ਲੂਣ ਹੈ ਉਹ ਸਾਡੇ ਸਰੀਰ ਦੇ ਲਈ ਕਿੰਨਾ ਖਤਰਨਾਕ ਹੋ ਸਕਦਾ ਹੈ। ਹਾਲਾਂਕਿ ਬਹੁਤ ਸਾਰੇ ਮਾਹਰ ਨੇ ਜੋ ਕਹਿੰਦੇ ਨੇ ਕਿ ਨਮਕ ਸਾਡੇ ਸਰੀਰ ਲਈ ਬਹੁਤ ਜ਼ਰੂਰੀ ਹੈ। ਉਦਾਹਰਣ ਦੇ ਲਈ ਅਮਰੀਕਾ ਦੀ ਰਟਗਰਜ਼ ਯੂਨੀਵਰਸਿਟੀ ਦੇ ਪੋਸ਼ਣ ਵਿਗਿਆਨ ਦੇ ਪ੍ਰੋਫੈਸਰ ਪਾਲ ਬ੍ਰੈਸਲਿਨ ਨੇ BBC ਦੇ ਨਾਲ ਗੱਲਬਾਤ ਕੀਤੀ ਸੀ ਜਿਸ ਦੇ ਵਿੱਚ ਉਹਨਾਂ ਨੇ ਨਮਕ ਜੀਵਨ ਲਈ ਜ਼ਰੂਰੀ ਹੈ ਇਹ ਕਿਹਾ ਸੀ। ਇਹ ਇਸ ਲਈ ਹੈ ਕਿਉਂਕਿ ਲੂਣ ਕਿਰਿਆਸ਼ੀਲ ਮਨੁੱਖੀ ਸੈੱਲਾਂ ਦੇ ਲਈ ਬਹੁਤ ਇੰਪੋਰਟੈਂਟ ਹੈ। ਇਸ ਤੋਂ ਇਲਾਵਾ ਜੇ ਅਸੀਂ ਲੋੜੀਂਦੇ ਸੋਡੀਅਮ ਦਾ ਸੇਵਨ ਨਹੀਂ ਕਰਦੇ ਤਾਂ ਫਿਰ ਸਾਡੀ ਮੌਤ ਵੀ ਹੋ ਸਕਦੀ ਹੈ। ਐਕਚੁਅਲ ਦੇ ਵਿੱਚ ਜੇਕਰ ਗੱਲ ਕਰੀਏ ਤਾਂ ਸੋਡੀਅਮ ਦੀ ਘਾਟ ਹਾਈਪੋਨੇਟ੍ਰੀਮੀਆ ਨਾਮਕ ਬਿਮਾਰੀ ਦਾ ਕਾਰਨ ਬਣ ਸਕਦੀ ਹੈ ਜਿਸ ਦੇ ਨਾਲ ਉਲਝਣ, ਉਲਟੀਆਂ, ਦੌਰੇ, ਚੜਚੜਾਪਨ ਅਤੇ ਕੋਮਾ ਵਰਗੀਆਂ ਗੰਭੀਰ ਸਥਿਤੀਆਂ ਹੋ ਜਾਂਦੀਆਂ ਨੇ। ਵਰਲਡ ਹੈਲਥ ਆਰਗੇਨਾਈਜੇਸ਼ਨ ਦੇ ਮੁਤਾਬਕ ਰੋਜ਼ਾਨਾ ਖੁਰਾਕ ਦੇ ਵਿੱਚ 5 ਗ੍ਰਾਮ ਨਮਕ ਦਾ ਸੇਵਨ ਕਰਨਾ ਜ਼ਰੂਰੀ ਹੈ। 5 ਗ੍ਰਾਮ ਲੂਣ ਦੇ ਵਿੱਚ ਲਗਭਗ 2 ਗ੍ਰਾਮ ਸੋਡੀਅਮ ਹੁੰਦਾ ਹੈ ਜੋ 1 ਚਮਚ ਦੇ ਬਰਾਬਰ ਹੁੰਦਾ ਹੈ। ਹਾਲਾਂਕਿ ਲੋਕ ਸਿਰਫ 5 ਗ੍ਰਾਮ ਨਮਕ ਹੀ ਨਹੀਂ ਖਾਂਦੇ ਸਗੋਂ ਇਸ ਦੀ ਦੁੱਗਣੀ ਵਰਤੋਂ ਕਰ ਰਹੇ ਨੇ। WHO ਦੀ ਰਿਪੋਰਟ ਦੇ ਮੁਤਾਬਕ ਵਿਸ਼ਵ ਪੱਧਰ ਉੱਤੇ ਲੋਕ ਹਰ ਰੋਜ਼ ਔਸਤਨ 11 ਗ੍ਰਾਮ ਨਮਕ ਖਾ ਰਹੇ ਨੇ। ਇਸ ਦੇ ਕਾਰਨ ਦਿਲ ਦੇ ਰੋਗ, ਪੇਟ ਦਾ ਕੈਂਸਰ, ਓਸਟੀਓਪੋਰੋਸਿਸ, ਮੋਟਾਪਾ ਅਤੇ ਗੁਰਦਿਆਂ ਦੀਆਂ ਬਿਮਾਰੀਆਂ ਦਾ ਖਤਰਾ ਵੱਧ ਜਾਂਦਾ ਹੈ। ਹਰ ਸਾਲ ਲੂਣ ਕਾਰਨ ਹੋਣ ਵਾਲੀਆਂ ਮੌਤਾਂ ਦੀ ਗੱਲ ਕਰੀਏ ਤਾਂ ਪੂਰੇ ਵਿਸ਼ਵ ਦੇ ਵਿੱਚ ਜੋ ਵਿਸ਼ਵ ਸਿਹਤ ਸੰਗਠਨ ਨੇ ਉਹਨਾਂ ਨੇ ਅੰਦਾਜ਼ਾ ਲਗਾਇਆ ਕਿ ਹਰ ਸਾਲ ਦੁਨੀਆ ਭਰ ਦੇ ਵਿੱਚ ਲੂਣ ਦੇ ਕਾਰਨ ਲਗਭਗ 18.9 ਲੱਖ ਲੋਕ ਜਿਹੜੇ ਨੇ ਉਹ ਮਰਦੇ ਨੇ। ਇਹਨਾਂ ਮੌਤਾਂ ਦੇ ਵਿੱਚ ਲੂਣ ਸਿੱਧੀ ਭੂਮਿਕਾ ਨਹੀਂ ਨਿਭਾਉਂਦਾ, ਇਸ ਦੀ ਬਜਾਏ ਲੂਣ ਬਿਮਾਰੀਆਂ ਦੇ ਵਾਪਰਨ ਅਤੇ ਵਧਣ ਦੇ ਵਿੱਚ ਭੂਮਿਕਾ ਨਿਭਾਉਂਦਾ ਹੈ ਜੋ ਲੋਕਾਂ ਦੀ ਮੌਤ ਦਾ ਕਾਰਨ ਬਣਦੇ ਨੇ। ਇਸ ਲਈ ਸਿਹਤ ਮਾਹਰ ਹਮੇਸ਼ਾ ਨਮਕ ਦੀ ਵਰਤੋਂ
घट तो घट करन दी सलाह दिंदे ने। इस तरह की सलाह लोगों नूं शुगर दे लई भी दित्ती जांदी है। ਤਾਂ ਅਜਿਹੇ ਦੇ ਵਿੱਚ ਇਹ ਸਾਨੂੰ ਧਿਆਨ ਦੇ ਵਿੱਚ ਰੱਖਣਾ ਬੇਹੱਦ ਜ਼ਰੂਰੀ ਹੈ। ਕਈ ਜਿਹੜੇ ਲੋਕ ਹੁੰਦੇ ਨੇ ਉਹ ਨਮਕ ਜ਼ਿਆਦਾ ਖਾਂਦੇ ਨੇ, ਮਸਾਲੇ ਜ਼ਿਆਦਾ ਖਾਂਦੇ ਨੇ। ਤਾਂ ਜੇਕਰ ਤੁਸੀਂ ਨਮਕ ਜ਼ਿਆਦਾ ਲੈ ਰਹੇ ਹੋ, ਨਮਕ ਦੇ ਨਾਲ ਤੁਸੀਂ ਮਸਾਲੇ ਵੀ ਜ਼ਿਆਦਾ ਖਾ ਰਹੇ ਹੋ, ਤਾਂ ਤੁਸੀਂ ਜੋ ਹੈ ਤੁਹਾਨੂੰ ਗੰਭੀਰ ਬਿਮਾਰੀਆਂ ਹੋ ਸਕਦੀਆਂ ਨੇ। ਅਜਿਹੇ ਦੇ ਵਿੱਚ ਜ਼ਰੂਰੀ ਇਹ ਹੈ ਕਿ ਜੋ ਤੁਸੀਂ ਖਾਣਾ ਖਾ ਰਹੇ ਹੋ ਉਸਦੇ ਵਿੱਚ ਨਮਕ ਜੋ ਹੈ ਉਹ ਬਿਲਕੁਲ ਨੋਰਮਲ ਜਿਹਾ ਹੋਵੇ, ਜ਼ਿਆਦਾ ਨਮਕ ਨਾ ਹੋਵੇ। ਮਸਾਲਿਆਂ ਦੀ ਵੀ ਘੱਟ ਹੀ ਤੁਸੀਂ ਵਰਤੋਂ ਕਰੋਗੇ ਤਾਂ ਹੀ ਤੁਸੀਂ ਸਿਹਤਮੰਦ ਰਹਿ ਸਕੋਗੇ। ਬਿਊਰੋ ਰਿਪੋਰਟ, ਹਮਦਰਦ ਟੀਵੀ।